ਉਹ ਹੱਕ 'ਚ ਸੀਗੇ ਕਿ ਅਲਾਇੰਸ ਹੋਣਾ ਚਾਹੀਦਾ ਹੈ, ਤੁਹਾਨੂੰ ਲੱਗਦਾ ਹੈ ਕਿ ਅਕਾਲੀ ਬੀਜੇਪੀ ਅਲਾਇੰਸ ਹੋਏਗਾ ਤਾਂ ਸਰਕਾਰ 27 'ਚ ਬਣ ਸਕਦੀ ਹੈ? ਮੈਂ ਤਾਂ ਉਹਦੇ ਹੱਕ ਸੀ। दो हज़ार बई दियां विधानसभा हारन तो बाद पंजाब दे साबका मुख्यमंत्री कैप्टन अमरिंदर सिंह सियासत विचों गायब सन, जो कि हुण मुड़ तो एक्टिव हो चुके ने। ओ भी उस वेले जदों पंजाब दियां ज़िमनी चोणां सिर ते ने। खन्ना दी दाणा मंडी पहुँच के कैप्टन ने जिथे किसानां दे नाल मुलाकात की, उत्थे ही आड़तियां दे दुखड़े भी सुने, नाल ही भरोसा दिता कि ओ केंद्र सरकार नूं इन्हां समस्यावां तों जाणू करवाउणगे। पंजाब दियां ज़िमनी चोणां करके कैप्टन अमरिंदर सिंह नूं स्टार प्रचारकां दी सूची दे विच शामिल कीता गया। चिरां बाद एक्टिव होए कैप्टन अमरिंदर सिंह ने भारत कैनेडा विचकार पैदा हुई तलखी, अकाली दल अते भाजपा दे गठजोड़ सुनील जाखड़ दियां पार्टी दे नालों दूरियां ते भी बयान दित्ते ने। कैप्टन वल्लों बीजेपी श्रोमणी अकाली दल गठजोड़ दी वकालत। कैप्टन अमरिंदर सिंह दे वल्लों श्रोमणी अकाली दल अते भाजपा गठजोड़ की वकालत की गई। उन्होंने कहा कि मैं अकाली दल और भाजपा के गठजोड़ के हक दे विच हाँ, क्योंकि उन्होंने पीएम नू कई बार भाजपा अकाली गठजोड़ की गल कही सी। उन्होंने कहा कि असी गठजोड़ लई तैयार हाँ, पर अकाली दल नहीं मन्या। जे असी इकट्ठे होकर चोण लड़दे तो नतीजे काफ़ी वधिया होने सी। अकाली दल का ग्राफ लगातार डिग रहा। नाल ही उन्हां श्री अकाल तख्त साहिब दे बारे बोलदे होए कहा कि उन्हां दा हुक्म मनना हर सिख दा फर्ज है। सुखबीर सिंह बादल ते बोलदे होए उन्हां कहा कि उन्हां नूं कहना चाहीदा सी कि मैं बाहर बैठदा हाँ, पार्टी चोण लड़े। ਤੁਸੀਂ ਉਦੋਂ ਹੱਕ 'ਚ ਸੀਗੇ ਕਿ ਅਲਾਇੰਸ ਹੋਣਾ ਚਾਹੀਦਾ, ਤੁਹਾਨੂੰ ਲੱਗਦਾ ਹੈ ਕਿ ਅਕਾਲੀ ਬੀਜੇਪੀ ਅਲਾਇੰਸ ਹੋਏਗਾ ਤਾਂ ਸਰਕਾਰ 27 'ਚ ਬਣ ਸਕਦੀ ਹੈ? ਮੈਂ ਤਾਂ ਇਹਦੇ ਹੱਕ ਸੀ। ਅੱਜ ਵੀ ਹੋ? ਅੱਜ ਵੀ ਹੈ। ਅੱਜ ਵੀ ਤੁਸੀਂ ਚਾਹੁੰਦੇ ਹੋ ਅਲਾਇੰਸ ਹੋਏਗਾ ਤੇ ਸਰਕਾਰ ਬਣ ਸਕਦੀ? ਹੁਣ ਪ੍ਰੋਬਲਮ ਆ ਜਾਂਦੀ ਹੈ ਕਿ ਕਿਹੜੇ ਅਕਾਲੀ ਦਲ। ਹੁਣ ਤਾਂ ਅਕਾਲੀ ਦਲ ਹੀ ਟੋਏ, ਇਹ ਤਾਂ ਕੋਈ ਨਵੀਂ ਗੱਲ ਨਹੀਂ। ਉਹ ਟੁੱਟੇ ਨੇ, ਜੁੜੇ ਨੇ, ਫਿਰ ਟੁੱਟ ਜਾਂਦੇ ਨੇ, ਫਿਰ ਜੁੜੇ ਨੇ। ਪਰ ਤੁਸੀਂ ਹੱਕ 'ਚ ਹੋ ਕਿ ਅਲਾਇੰਸ ਹੋਏਗਾ ਤਾਂ ਪੰਜਾਬ 'ਚ? ਨਹੀਂ, ਇਹ ਨਹੀਂ। ਦੇਖੋ, ਮੇਰਾ ਇੰਟਰਸਟ ਹੈ ਪੰਜਾਬ ਦੇ ਵਿੱਚ ਡਿਵੈਲਪਮੈਂਟ, ਸ਼ਾਂਤੀ, ਪੀਸ ਵਗੈਰਾ। ਹਾਂ, ਅਗਰ ਅਗਰ ਅਸੀਂ ਦੋਨੋਂ ਇਕੱਠੇ ਹੋ ਜਾਂਦੇ ਹਾਂ, ਆਹ ਪਿਛਲੀ ਪਾਰਲੀਮੈਂਟ ਦੀ ਇਲੈਕਸ਼ਨ 'ਚ ਅਗਰ ਅਸੀਂ ਇਕੱਠੇ ਹੋ ਜਾਂਦੇ, ਅੱਜ ਸਾਡੀਆਂ 8-10 ਸੀਟਾਂ ਆ ਜਾਣੀ ਸੀ। ਭਾਰਤ ਕੈਨੇਡਾ ਵਿਚਕਾਰ ਪੈਦਾ ਹੋਈ ਤਲਖੀ ਤੇ ਬੋਲੇ ਕੈਪਟਨ। ਕੈਪਟਨ ਨੇ ਕਿਹਾ ਕਿ ਭਾਰਤ ਤੇ ਇਲਜ਼ਾਮ ਲਗਾਉਣਾ ਟਰੂਡੋ ਦੀ ਵੋਟ ਬੈਂਕ ਪੋਲੀਟਿਕਸ ਹੈ। ਟਰੂਡੋ ਨੂੰ ਸਿਰਫ ਚੋਣ ਜਿੱਤਣ ਤੱਕ ਮਤਲਬ ਹੈ। ਕੈਨੇਡਾ ਦੇ ਵਿੱਚ ਬਹੁ ਗਿਣਤੀ ਪੰਜਾਬੀ ਨੇ ਜਿਨ੍ਹਾਂ ਦੀਆਂ ਵੋਟਾਂ ਦੇ ਲਈ ਟਰੂਡੋ ਅਜਿਹਾ ਕਰ ਰਿਹਾ। ਟਰੂਡੋ ਨੂੰ ਕੈਨੇਡਾ ਤੇ ਭਾਰਤ ਦੇ ਸਬੰਧਾਂ ਦੀ ਕੋਈ ਚਿੰਤਾ ਨਹੀਂ। ਉਹਨਾਂ ਨੇ ਕਿਹਾ ਕਿ ਟਰੂਡੋ ਦੇਸ਼ ਵਿਰੋਧੀ ਤਾਕਤਾਂ ਦੇ ਨਾਲ ਮਿਲ ਚੁੱਕਿਆ, ਜੋ ਕਿ ਹਮੇਸ਼ਾ ਭਾਰਤ ਨੂੰ ਤੋੜਨ ਦੀ ਗੱਲ ਕਰਦੇ ਨੇ। ਨਾਲ ਹੀ ਖਾਲਿਸਤਾਨੀ ਐਲੀਮੈਂਟਸ ਟਰੂਡੋ ਨੂੰ ਸੂਟ ਕਰਦੇ ਨੇ। ਭਾਰਤ ਔਰ ਕੈਨੇਡਾ ਮੇਂ ਜੋ ਤਲਖੀ ਬੜੀ ਹੈ, ਨਿੱਜਰ ਕਤਲ ਮਾਮਲੇ ਮੇਂ ਕੈਨੇਡਾ ਲਗਾਤਾਰ ਭਾਰਤ ਪਰ ਆਰੋਪ ਲਗਾ ਰਿਹਾ ਹੈ, ਉਸਕੇ ਬਾਅਦ ਆਪਨੇ ਪੂਰਾ ਵੋ ਇਸ਼ੂ ਦੇਖਾ, ਇਸਕੇ ਪੀਛੇ ਆਪਕੋ ਲਗਤਾ ਕਿਆ ਕਿ ਜਸਟਿਨ ਟਰੂਡੋ ਅਗਲੇ ਸਾਲ ਚੁਣਾਵ ਹੈ, ਵੋ ਇਸ ਲਈ ਐਸਾ ਕਰ ਰਹੇ ਹੈ? ਜਸਟਿਨ ਟਰੂਡੋ ਇਹ ਕਰ ਰਹਾ ਹੈ ਟੋਟਲੀ ਆਪਣੇ ਪੋਲੀਟੀਕਲ ਇੰਟਰਸਟ ਮੇਂ। ਉਹ ਉਸਕੋ ਪਰਵਾਹ ਨਹੀਂ ਕਿ ਯਹਾਂ ਹਿੰਦੁਸਤਾਨ ਕੇ ਸਾਥ ਚਾਈਨਾ, ਉਸਕੇ ਕੈਨੇਡਾ ਕਾ ਕਿਆ ਰਿਲੇਸ਼ਨਸ਼ਿਪ ਹੋ, ਉਹ ਤਾਂ ਇਲੈਕਸ਼ਨ ਜਿੱਤਣਾ ਚਾਹਤਾ ਹੈ। ਸੁਨੀਲ ਜਾਖੜ ਦੇ ਅਸਤੀਫੇ ਦੀਆਂ ਚਰਚਾਵਾਂ ਤੇ ਬੋਲੇ ਕੈਪਟਨ। ਕੈਪਟਨ ਨੇ ਕਿਹਾ ਕਿ ਮੈਂ ਸੁਨੀਲ ਜਾਖੜ ਦੇ ਅਸਤੀਫੇ ਦੇ ਹੱਕ ਦੇ ਵਿੱਚ ਨਹੀਂ, ਉਹਨਾਂ ਨੂੰ ਪਾਰਟੀ ਦੇ ਵਿੱਚ ਰਹਿਣਾ ਚਾਹੀਦਾ। ਦੱਸ ਦਈਏ ਕਿ ਕੈਪਟਨ ਜਲਦ ਸੁਨੀਲ ਜਾਖੜ ਦੇ ਨਾਲ ਮੁਲਾਕਾਤ ਕਰਨਗੇ ਤੇ ਜੋ ਵੀ ਪਾਰਟੀ ਪ੍ਰਤੀ ਨਾਰਾਜ਼ਗੀ ਹੈ ਉਸ ਨੂੰ ਦੂਰ ਕਰਨਗੇ। ਉਹਨਾਂ ਨੇ ਇਹ ਵੀ ਕਿਹਾ ਕਿ ਸੁਨੀਲ ਜਾਖੜ ਬਹੁਤ ਹੀ ਇੰਟੈਲੀਜੈਂਟ ਨੇ। ਹੋਰਾਂ ਨੇ ਅਸਤੀਫੇ ਦੀ ਗੱਲ ਆਈ, ਤੁਹਾਡੀ ਕੋਈ ਗੱਲਬਾਤ ਹੋਈ ਸੀ? ਅਸਤੀਫਾ ਦਿੱਤਾ ਜਾਂ ਨਹੀਂ ਦਿੱਤਾ, ਜਾਂ ਕੀ ਇਸ ਦੇ ਵਿੱਚ? ਸੁਨੀਲ ਜਾਖੜ ਦੇ ਅਸਤੀਫੇ ਦੀਆਂ ਬੜੀਆਂ ਚਰਚਾਵਾਂ ਸੀ ਕਿ ਪ੍ਰਧਾਨ ਨੂੰ। ਮੈਂ ਨਹੀਂ ਉਹਦੇ ਹੱਕ 'ਚ, ਮੈਂ ਸਮਝਦਾ ਕਿ ਸੁਨੀਲ ਇਜ਼ ਅ ਗੁੱਡ ਪਰਸਨ, ਉਹਨੂੰ ਰਹਿਣਾ ਚਾਹੀਦਾ, ਆਪਾਂ ਰੁਕ ਜਾਂਦੇ। ਚਿਰਾਂ ਬਾਅਦ ਖੰਨਾ ਦੀ ਦਾਣਾ ਮੰਡੀ ਪਹੁੰਚੇ ਕੈਪਟਨ। ਕੈਪਟਨ ਅਮਰਿੰਦਰ ਸਿੰਘ ਨੇ ਖੰਨਾ ਦਾਣਾ ਮੰਡੀ ਦੇ ਵਿੱਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਹਨਾਂ ਨੇ ਕਿਹਾ ਕਿ ਖਰੀਦ ਤੇ ਲਿਫਟਿੰਗ ਦੀ ਸਮੱਸਿਆ ਪੰਜਾਬ ਸਰਕਾਰ ਦੀ ਗਲਤੀ ਹੈ। ਕਿਸਾਨ ਔਖੇ ਨੇ, ਪਰ ਸੀਐਮ ਮੰਡੀਆਂ ਦੇ ਵਿੱਚ ਨਹੀਂ ਗਏ। ਸੀਐਮ ਦਿੱਲੀ ਜਾ ਕੇ ਪੀਐਮ ਅਤੇ ਕੇਂਦਰੀ ਮੰਤਰੀਆਂ ਦੇ ਨਾਲ ਗੱਲਬਾਤ ਕਰਨ। ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰੇ। ਇਸ ਮੌਕੇ ਕੈਪਟਨ ਨੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਕਿ ਉਹ ਜਲਦ ਕੇਂਦਰ ਸਰਕਾਰ ਦੇ ਕੋਲ
इन्हां समस्यावां नूं चुकणगे। उन्होंने कहा कि जल्द मैं पीएम मोदी अते गृह मंत्री नूं मिलांगा, पीएम तों समां मंगिया जावेगा। असीं अपने पद्धर ते केंद्र दे कोल जावांगे, पर सीएम अपने लैवल ते दिल्ली जा के मंत्रियां अते पीएम दे नाल मुलाकात करन। तां कैप्टन दी इस फेरी तों बाद पंजाब दे खजाना मंत्री हरपाल सिंह चीमा दे वल्लों सवाल चुके गए ने, कैप्टन दी इस गतिविधि नूं ड्रामेबाजी कह दिता। अज साडे पंजाब दे साबका मुख्यमंत्री कैप्टन अमरिंदर सिंह जी मंडियां च जाके लोकां नूं कह रहे ने कि पंजाब सरकार ने इस मसले दा हल नहीं किया। मैं हैरान हाँ कि कैप्टन साहब पंजाब दे दो बार मुख्यमंत्री रहे ने और अजकल भारतीय जनता पार्टी की सीनियर लीडरशिप दे विच आउंदे ने, वो बार बार देश दे होम मिनिस्टर देश दे प्रधानमंत्री साहब नूं मिलदे ने, पर अज तक उन्होंने कदे पंजाब दे मसलियां दी गल नहीं कीती। लोग जानते ने, पंजाब जानता गा, मुख्यमंत्री साबका मुख्यमंत्री साहब जानते ने गे कि सारी समस्या जिहड़ी आ उह केंद्र सरकार ने खड़ी कीती आ। कुल मिला के कैप्टन मैदान दे विच ने, अज दी इस गतिविधि तों अंदाजा लगाया जा सकदा कि कैप्टन भाजपा दे लई चोण प्रचार भी करनगे ते जिमनी चोणां दे विच भाजपा दे स्टार प्रचारक बनणगे अते पार्टी नूं हुलारा देणगे। और कैप्टन दी अगे दी की रणनीति है, इस ते भी सब दीआं नज़रां बणीआं रहणगीआं। लिहाजा कैप्टन दी इस फेरी तों बाद पंजाब दी सियासत विच भूचाल आ चुका है।